हाँ जी, सत श्री अकाल सारिआं नूं। मेरे चैनल नीटिंग इन पंजाबी ते तुहाडा स्वागत है। अज दी इस वीडियो विच आपां बनावांगे स्कीवी, ते इह स्कीवी ते डिजाइन बनाया होया है। बहुत ही वधिया इह उठ के आया, बहुत ही वधिया बणदा है ते इस नूं बणाउणा वी बिल्कुल आसान है। ते इस स्कीवी विच असीं पाए ने 50 जोटे। 50 जोटे पा के उस तों अगे ਇਹਦੇ ਵਿੱਚ ਆਪਾਂ 8 ਜੋਟੇ ਹੋਰ ਵਧਾਏ ਸੀ। ਵਧਾ ਕੇ ਇਸ ਨੂੰ ਸਾਰਾ ਕੰਪਲੀਟ ਹੋ ਚੁੱਕਾ ਹੈ ਬਣ ਕੇ। ਇਹਦੇ ਵਿੱਚ ਅਸੀਂ ਮੋਢੇ ਬਣਾ ਰਹੇ ਹਾਂ ਹੁਣ, ਅਤੇ ਇਹ ਬਣਾਉਣਾ ਬਿਲਕੁਲ ਆਸਾਨ ਹੈ। ਤੁਸੀਂ ਇਹ ਡਿਜ਼ਾਇਨ ਜ਼ਰੂਰ ਟਰਾਈ ਕਰਿਓ। ਅਤੇ ਇਹ ਡਿਜ਼ਾਇਨ ਕਿਵੇਂ ਬਣਦਾ ਹੈ ਇਹ ਹੁਣ ਆਪਾਂ ਦੱਸਦੇ ਹਾਂ। ਹਾਂਜੀ, ਬਾਰਡਰ ਤੋਂ ਬਾਅਦ ਜਦੋਂ ਤੁਸੀਂ ਸਕੀਵੀ ਬਣਾਉਣਾ ਸ਼ੁਰੂ ਕਰਦੇ ਹੋ, ਡਿਜ਼ਾਇਨ ਪਾਉਂਦੇ ਹੋ, ਉਹਦੇ ਵਿੱਚ ਇਹਦੇ ਇਸ ਡਿਜ਼ਾਇਨ ਵਿੱਚ 3 ਕੁੰਡੇ ਇਸ ਸਾਈਡ ਪਾ ਕੇ, ਅੱਗੇ 5 ਕੁੰਡੇ ਪਾ ਕੇ ਜਿਹਦੇ ਵਿੱਚ ਡਿਜ਼ਾਇਨ ਸ਼ੁਰੂ ਹੁੰਦਾ, 2-2 ਕੁੰਡੇ ਆਪਾਂ ਵਿੱਚ ਰੱਖਣੇ ਨੇ ਜਿਨ੍ਹਾਂ ਨੂੰ ਆਪਾਂ ਉਲਟੀ ਸਿਲਾਈ ਉਣਨਾ, ਅਤੇ 5-5 ਕੁੰਡਿਆਂ 'ਤੇ ਇਹ ਡਿਜ਼ਾਇਨ ਬਣਦਾ। ਅਤੇ ਬਾਰਡਰ ਤੋਂ ਬਾਅਦ ਇਸ ਪਾਸੇ ਆਪਾਂ 3 ਕੁੰਡੇ ਉਲਟੇ ਬਣਾਉਣੇ ਨੇ, ਬਾਅਦ ਵਿੱਚ ਇਹ 5 ਕੁੰਡਿਆਂ 'ਤੇ ਇਹ ਡਿਜ਼ਾਇਨ ਸਿੱਧੀ ਸਿਲਾਈ ਬਣਦਾ। ਅਤੇ ਇਸ ਨੂੰ ਆਪਾਂ ਮੋਢੇ 'ਤੇ ਡਿਜ਼ਾਇਨ, ਮੈਂ ਇਹ ਮੋਢਾ ਬਣਾ ਰਹੀ ਹਾਂ, ਇਹਦੇ ਵਿੱਚ ਕੁੰਡੇ ਘੱਟ ਨੇ ਤਾਂ ਕਰਕੇ ਇਸ 'ਤੇ ਡਿਜ਼ਾਇਨ ਬਣਾਉਣਾ ਸੌਖਾ ਹੈ। ਅਤੇ ਤੁਸੀਂ ਇਸ ਨੂੰ ਸ਼ੁਰੂ ਕਰਨ ਲਈ ਬਾਰਡਰ ਤੋਂ ਬਾਅਦ ਪਹਿਲਾਂ ਇਹ 3 ਸਿਲਾਈਆਂ ਆਪਾਂ ਉਲਟੀਆਂ ਬਣਾਉਣੀਆਂ, ਬਾਅਦ ਵਿੱਚ 5 ਕੁੰਡੇ ਸਿੱਧੇ, ਅਤੇ ਉਹਦੇ ਵਿੱਚ ਡਿਜ਼ਾਇਨ ਸ਼ੁਰੂ ਹੁੰਦਾ। ਹਾਂਜੀ, 2 ਕੁੰਡੇ ਉਲਟੇ ਬਣਾ ਕੇ ਧਾਗਾ ਪਿੱਛੇ ਕਰਕੇ, 5 ਕੁੰਡੇ ਸਿੱਧੇ ਬਣਾਉਣੇ ਨੇ, 3, 4, 5 ਫਿਰ ਧਾਗਾ ਅੱਗੇ ਕਰਕੇ 2 ਕੁੰਡੇ ਉਲਟੇ ਬਣਾਉਣੇ ਨੇ, 2 ਧਾਗਾ ਪਿੱਛੇ ਕਰਕੇ, 5 ਕੁੰਡੇ ਸਿੱਧੇ ਬਣਾਉਣੇ ਨੇ। ਧਾਗਾ ਅੱਗੇ ਕਰਕੇ 2 ਕੁੰਡੇ ਉਲਟੇ ਬਣਾਉਣੇ, ਫਿਰ ਧਾਗਾ ਪਿੱਛੇ ਕਰਕੇ 5 ਕੁੰਡੇ ਸਿੱਧੇ ਬਣਾਉਣੇ, ਧਾਗਾ ਅੱਗੇ ਕਰਕੇ 3 ਕੁੰਡੇ ਆਪਾਂ ਸਾਈਡ ਵਾਲੇ, 3 ਕੁੰਡੇ ਉਲਟੇ ਬਣਾਉਣੇ। ਹਾਂਜੀ, ਹੁਣ ਆਪਾਂ ਆ ਗਏ ਹਾਂ ਉਲਟੀ ਸਾਈਡ ਪੁੱਠੀ ਸਿਲਾਈ, ਅਤੇ ਇਹਦੇ ਵਿੱਚ ਆਪਾਂ ਜਿਹੜੇ ਕੁੰਡੇ ਸਿੱਧੀ ਸਿਲਾਈ ਉਲਟੇ ਬਣਾਏ ਸੀ ਉਹ ਸਿੱਧੇ ਚੜਾਉਣੇ ਨੇ। ਧਾਗਾ ਅੱਗੇ ਕਰਕੇ 5 ਕੁੰਡੇ ਜਿਹੜੇ ਆਪਾਂ ਸਿੱਧੇ ਬਣਾਏ ਸੀ ਉਹਨਾਂ ਨੂੰ ਉਲਟੇ ਬਣਾਉਣਾ। ਪੁੱਠੀ ਸਿਲਾਈ ਸਾਰੀ ਇਹਦੇ ਵਿੱਚ ਇਸੇ ਤਰ੍ਹਾਂ ਹੀ ਚੜੂਗੀ। ਜਿਹੜੇ 5 ਕੁੰਡੇ ਆਪਾਂ ਡਿਜ਼ਾਇਨ ਦੇ ਸਿੱਧੇ ਬਣਾਏ ਸੀ ਉਹ ਪੁੱਠੀ ਸਿਲਾਈ ਉਲਟੇ ਬਣਾਉਣੇ ਨੇ, ਅਤੇ ਜਿਹੜੇ 2 ਕੁੰਡੇ ਆਪਾਂ ਉਲਟੇ ਬਣਾਏ ਸੀ ਉਸ ਨੂੰ ਸਿੱਧੇ ਬਣਾਉਣਾ, ਸਿੱਧਾ ਹੁੰਦਾ ਉਸਨੂੰ, ਅਤੇ 5 ਕੁੰਡੇ ਉਲਟੇ। ਪੁੱਠੀ ਸਿਲਾਈ ਸਾਰੀ ਇਸੇ ਤਰ੍ਹਾਂ ਹੀ ਚੜੂਗੀ, 2 ਕੁੰਡੇ ਸਿੱਧੇ, 5 ਕੁੰਡੇ ਉਲਟੇ। ਹਾਂਜੀ, ਹੁਣ ਆਪਾਂ ਆ ਗਏ ਤੀਜੀ ਸਿਲਾਈ, ਅਤੇ ਤੀਜੀ ਸਿਲਾਈ ਵੀ ਆਪਾਂ ਇਸੇ ਤਰ੍ਹਾਂ ਹੀ ਬਣਾਉਣੀ ਹੈ, 2 ਕੁੰਡੇ ਉਲਟੇ ਬਣਾ ਕੇ, 2 ਕੁੰਡੇ ਜਾਂ ਸਾਈਡ ਤੋਂ 1 ਕੁੰਡਾ ਐਕਸਟਰਾ ਪਾ ਕੇ 3 ਕੁੰਡੇ ਉਲਟੇ ਬਣਾ ਕੇ, ਅਤੇ 5 ਕੁੰਡੇ ਆਪਾਂ ਸਿੱਧੇ ਬਣਾਉਣੇ ਨੇ, ਡਿਜ਼ਾਇਨ ਵਾਲੇ 5 ਕੁੰਡੇ ਆਪਾਂ ਸਿੱਧੇ ਬਣਾਉਣੇ ਨੇ। ਧਾਗਾ ਅੱਗੇ ਕਰਕੇ 2 ਕੁੰਡੇ ਪੁੱਠੇ ਬਣਾ ਕੇ, ਫਿਰ 5 ਕੁੰਡੇ ਸਿੱਧੇ ਬਣਾਉਣੇ ਨੇ। ਇਹ 2 ਸਿਲਾਈਆਂ ਆਪਾਂ ਇਸੇ ਤਰ੍ਹਾਂ ਹੀ ਚਾੜਨੀਆਂ ਨੇ, 4 ਸਿਲਾਈਆਂ, 2 ਸਿੱਧੀਆਂ ਸਿਲਾਈਆਂ ਅਤੇ 2 ਉਲਟੀਆਂ ਸਿਲਾਈਆਂ, ਇਹ 4 ਸਿਲਾਈਆਂ ਇਸੇ ਤਰ੍ਹਾਂ ਹੀ ਚਾੜ ਲੈਣੀਆਂ ਨੇ ਆਪਾਂ। 2 ਕੁੰਡੇ ਉਲਟੇ ਬਣਾ ਕੇ, 5 ਕੁੰਡੇ ਆਪਾਂ ਵਿੱਚ ਸਿੱਧੇ ਬਣਾਉਣੇ ਨੇ, ਜਿਹੜੇ 5 ਕੁੰਡੇ ਆ 'ਤੇ ਆਪਾਂ ਡਿਜ਼ਾਇਨ ਪਾਉਣਾ। ਵੀ ਇਹਦੇ ਵਿੱਚ ਇਸੇ ਤਰ੍ਹਾਂ ਹੀ 2 ਕੁੰਡੇ ਜਿਹੜੇ ਆਪਾਂ ਸਿੱਧੀ ਸਿਲਾਈ ਉਲਟੇ ਬਣਾਏ ਸੀ ਉਹਨਾਂ ਨੂੰ ਪੁੱਠੀ ਸਿਲਾਈ ਸਿੱਧੇ ਬਣਾਉਣਾ, ਅਤੇ 5 ਕੁੰਡੇ ਜਿਹੜੇ ਆਪਾਂ ਡਿਜ਼ਾਇਨ ਵਾਲੇ ਸਿੱਧੇ ਬਣਾਏ ਸੀ ਉਸਨੂੰ ਉਲਟੇ ਬਣਾਉਣਾ। ਪੁੱਠੀ ਸਿਲਾਈ ਇਹਦੇ ਵਿੱਚ ਸਾਰੀ ਇਸੇ ਤਰ੍ਹਾਂ ਹੀ ਚੜਾਉਣੀ ਹੈ।
पांच कुंडे उल्टे ते दो कुंडे सीधे। हाँ जी, हुण आपां डिजाइन बनाउणा स्टार्ट करदे हां। जिहड़े दो कुंडे पहलां आपां तीन कुंडे शुरू च, तीन कुंडे जिहड़े उल्टे बनाउंदे हां उहनां नूं उल्टे बना के धागा धागे नूं बल दे के अगे करके धागा इस तरह बल दे लेना। फिर एक कुंडा उल्टा बना के इन्हां पंज कुंडियां ते जिन्हां ते आपां डिजाइन पाउणा है, पहले कुंडे नूं इस तरह उल्टा बना के ते अगले तीन कुंडियां तों एक कुंडा बनाउणा है। धागा अगे करके तीन कुंडियां तों एक कुंडा बनाउणा है। फिर जिहड़ा एक कुंडा बचदा है उसनों भी उल्टा इसे तरह ही उण लैणा, धागे नूं बल पा लैणा इस तरह, धागा अगे करके आह वाले दो कुंडे भी आपां उल्टे बना लैणे ने। फिर धागे नूं बल पा के धागा अगे करके एक कुंडा उल्टा बना के तीन कुंडियां दा एक कुंडा बना लैणा इस तरह, तीन कुंडियां दा एक कुंडा बना के एक कुंडा भी आपां इसे तरह उल्टा बना लैणा। फिर धागे नूं बल पा के धागा अगे करके दो कुंडे उल्टे बना लैणे ने। फिर बल पा लैणा आह वाले पंज कुंडियां तों, इसे तरह ही उण लैणा, तीन कुंडियां तों एक कुंडा बना लैणा। लास्ट वाले कुंडियां नूं इसे तरह ही उण लैणा। पुट्ठी सिलाई इहदे विच इसे तरह ही है, पंज कुंडे सीधे दो कुंडे उल्टे बुण के पंज कुंडे सीधे। इन्हां नूं आपां उल्टी सिलाई सारी इसे तरह ही बनाउणी है, दो कुंडे सीधे, जिहड़े सीधी सिलाई 'च उल्टे सी ओह दो कुंडे आपां पुट्ठी सिलाई 'च सीधे बनाउणे ने, ते पंज कुंडे उल्टे बनाउणे ने। इस डिजाइन विच दो कुंडे घट जांदे ने ते दो कुंडे वध जांदे ने, बस इस इहदा ही डिजाइन बनदा है। इन्हां पंज कुंडियां दा ही डिजाइन तैयार हुंदा है बण के। पंज कुंडे सीधे बना के दो कुंडे उल्टे बना लेने, पुट्ठी सिलाई इहदी इस तरह ही चढ़ूगी। हुण आपां आ गए लास्ट वाली सिलाई ते, दो कुंडे जिहड़े सीधे बना उल्टे बना के पहला डिजाइन तो पहला जिहड़े भी कुंडे इस साइड हुंदे ने बॉर्डर तो बाद वाले, इन्हां नूं आपां उल्टे ही बना लेने ने तीन कुंडे। वैसे तो विच दो दो कुंडे होंदे ने, आपां साइडां तो तीन तीन कुंडे लैने, एक कुंडा जिहड़ा सीधा शेप च बनता है, तीन कुंडे उल्टे बना के फिर यही डिजाइन बनाउणा है। धागा पिछे करके एक कुंडा जिहड़ा आपां वधाया होया सी उसनूं एवें सीधा उण लैणा, आह वाले तीन कुंडे वल पा के धागा अगे करके इन्हां तीन कुंडियां दा एक कुंडा बना लैणा। फिर अपने कोल एक कुंडा सीधा बचिया, धागे नूं वल पा के धागा पिछे करके एक कुंडा सीधा बना लेना, फिर धागा अगे करके आह वाले दो कुंडे उल्टे बना लेने, धागा पिछे करके एक कुंडा सीधा, फिर धागे वल पा के धागे नूं वल पा के धागा अगे करके ते तीन कुंडे उल्टे आ लेने, फिर धागे नूं वल पा के धागा पिछे करके एक कुंडा सीधा आ लेना, आ वाले दो कुंडे फिर उल्टे आ लेने। इस तरह ही अगे एक कुंडा सीधा आण के धागे नूं वल पा लेना इस तरह, आ वाले तीन कुंडे उल्टे बना लेने, फिर धागा अगे धागे नूं वल पा के एक कुंडा सीधा बना लेना। ये सारी सिलाई इस तरह ही चढ़ूगी जी, तो यही डिजाइन इस तरह बन के तैयार होएगा। बहुत ही वधिया यही डिजाइन है, बिल्कुल ही आसान है ते बन के बहुत ही वधिया लगदा। साड़ी सारी स्कीवी यह बन चुकी है, बस एक मोढ़ा ही रह गया। मैं यह मोढ़ा बना रही हूँ इस तरह, इसलिए इस पर थोड़ा जहा डिजाइन दसना थोड़ा जहा औखा लग रहा। आपां इत्थों ही शुरू करना है, बॉर्डर तो बाद यही डिजाइन इस तरह इत्थे शुरू होएगा ते बन के बहुत ही वधिया लगदा। जेकर वीडियो वधिया लगे तो लाइक कमेंट शेयर जरूर करियो।
ਅਤੇ ਚੈਨਲ ਦੇ ਹੋਰ ਨਵੇਂ ਨਵੇਂ ਨਮੂਨੇ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ।